ਜੋ ਮਰਜ਼ੀ ਚਾਹੇਂਗੇ ਉਹ ਮਿਲੂਗਾ ਸਰੀਰ ਬਣਾਉਣਾ ਪੈਸੇ ਬਣਾਉਣੇ ਨੇ ਜਿੱਦਾਂ ਦਾ ਮਰਜ਼ੀ ਬਣਜੋ ਹੁਣ ਤੁਸੀਂ ਫੀਲ ਕਰੋ ਜਿੰਨੇ ਇੱਥੇ ਕਾਮਯਾਬ ਬੰਦੇ ਨੇ ਜਿਹੜੇ ਆਪਣੀ ਆਪਣੀ ਫੀਲਡ 'ਚ ਤਰੱਕੀ ਕਰੀ ਬੈਠੇ ਨੇ ਉਹਦੇ ਕਿਸੇ ਦੇ ਚਾਰ ਹੱਥ ਨਹੀਂ ਹੁੰਦੇ ਚਾਰ ਅੱਖਾਂ ਨਹੀਂ ਹੁੰਦੀਆਂ ਆਪਣੇ ਵਰਗੇ ਨੇ ਫਿਰ ਕਿਉਂ ਕੁਝ ਬੰਦੇ ਆਪਣੇ ਤੋਂ ਵਧੀਆ ਸਰੀਰ ਬਣਾ ਲੈਂਦੇ ਨੇ ਕਿਉਂ ਕੁਝ ਬੰਦੇ ਕਿਸੇ ਗੇਮ ਦੇ ਵਿੱਚ ਸਟਾਰ ਬਣ ਜਾਂਦੇ ਨੇ ਕਿਉਂ ਬੰਦੇ ਐਨੇ ਵੈਲਥੀ ਹੋ ਜਾਂਦੇ ਨੇ ਇਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਬ੍ਰੇਨ ਦੇ ਸਬਕੌਂਸ਼ੀਅਸ ਮਾਈਂਡ ਕਰਕੇ ਜਿਹੜਾ ਕਿ 95% ਵਰਕ ਕਰਦਾ ਆਪਾਂ ਕੰਮ ਲੈਨੇ ਆ ਕੌਨਸ਼ਸ ਮਾਈਂਡ ਤੋਂ ਜਿਹੜਾ ਕੀ ਸਿਰਫ 5% ਕੰਮ ਕਰਦਾ ਜਿਹੜਾ ਆਪਣਾ ਸਬਕੌਨਸ਼ਸ ਮਾਈਂਡ ਆ ਇਹ ਬਹੁਤ ਇੱਕ ਪਾਵਰਫੁਲ ਚੀਜ਼ ਆ ਇਹ ਉਦੋਂ ਵੀ ਕੰਮ ਕਰਦਾ ਜਦੋਂ ਤੁਸੀਂ ਸੁੱਤੇ ਪਏ ਹੁੰਨੇ ਹੋ ਹੁਣ ਮੈਂ ਇੱਥੇ ਹੱਥ ਹਿਲਾ ਰਿਹਾ ਸਮਝ ਲਓ ਮੈਂ ਕੌਨਸ਼ਸ ਮਾਈਂਡ ਦੇ ਥਰੂ ਕੰਮ ਕਰ ਰਿਹਾ ਜਦੋਂ ਮੈਂ ਰਾਤ ਨੂੰ ਸੌਂਨਾ ਮੇਰੀ ਬਾਡੀ ਫੇਬ ਵੀ ਸਾਹ ਲੈਂਦੀ ਆ ਫਿਰ ਵੀ ਮੇਰਾ ਦਿਮਾਗ ਚੱਲਦਾ ਫਿਰ ਵੀ ਉਹ ਚੀਜ਼ਾਂ ਮੈਮਰੀ ਸਟੋਰ ਰੱਖਦਾ ਜਿਵੇਂ ਆਪਾਂ ਘੜੀ ਚੋਂ ਸ਼ੈਲ ਕੱਢ ਦਿੰਨੇ ਆ ਜਦੋਂ ਦੁਬਾਰਾ ਸ਼ੈਲ ਪਾਉਨੇ ਦੇਖਦੇ ਆ ਕੀ ਘੜੀ ਸਾਰਾ ਟਾਈਮ ਭੁੱਲ ਜਾਂਦੀ ਆ ਉਹ ਦੁਬਾਰਾ ਐਡ ਕਰਨਾ ਪੈਂਦਾ ਜਿਹੜਾ ਬ੍ਰੇਨ ਆ ਇਹ 24 ਘੰਟੇ ਕੰਮ ਕਰਦਾ ਸਬਕੌਂਸ਼ੀਅਸ ਮਾਈਂਡ ਦੁੱਖ ਦੇ ਰਾਹ ਵੱਲ ਵੀ ਤੁਹਾਨੂੰ ਸੁੱਖ ਦੇ ਰਾਹ ਵੱਲ ਵੀ ਇਹ ਲੈ ਕੇ ਜਾਂਦਾ ਇਹ ਅੰਨਾ ਇਹਨੂੰ ਕੁਝ ਨਹੀਂ ਪਤਾ ਤੇ ਮੈਂ ਤੁਹਾਨੂੰ ਇਹ ਵੀ ਦੱਸਾਂ ਇਹਦਾ ਕੰਮ ਕਿਵੇਂ ਲੈਣਾ ਇਹਨੂੰ ਕੰਮ ਤੇ ਲਾਉਣਾ ਕਿਵੇਂ ਆ ਫਾਰੇ ਹੈਕ ਟੂਲਨ ਦੀ ਗੱਲ ਕਰਾਂਗੇ ਤੁਸੀਂ ਇੰਨਾ ਕੁ ਸਮਝ ਲਓ ਕਿ ਹੁਣ ਆਪਾਂ ਅੱਜ ਤੋਂ ਆਪਣੀ ਜ਼ਿੰਦਗੀ ਬਦਲ ਲਈ ਪਹਿਲੀਆਂ ਚੀਜ਼ਾਂ ਸਿੱਖ ਰਹੇ ਹਾਂ ਇਸ ਤੋਂ ਬਾਅਦ ਆਪਾਂ ਦੀ ਜ਼ਿੰਦਗੀ ਚੇਂਜ ਹੋ ਜੂਗੀ ਸਾਰੀ ਅੱਜ ਆਪਾਂ ਜਿੱਥੇ ਵੀ ਸਟੈਂਡ ਕਰਦੇ ਆ ਆਪਾਂ ਰੋਣੇ ਆ ਆਪਾਂ ਦੁਖੀ ਆ ਆਪਾਂ ਪੈਸੇ ਵਾਲੇ ਆ ਆਪਾਂ ਸਟਾਰ ਆ ਆਪਣੇ ਕਿਹੜੀਆਂ ਚੀਜ਼ਾਂ ਆਪਣੇ ਸਬਕੌਂਸ਼ੀਅਸ ਮਾਈਂਡ 'ਚ ਪਈਆਂ ਹੋਈਆਂ ਨੇ ਪਿੱਛੇ ਇੱਕ ਡੂੰਗਾ ਬ੍ਰੇਨ ਹੁੰਦਾ ਜਿਹਨੂੰ ਕਈ ਵਾਰ ਨਾਰਮਲ ਮਾਨ ਕਹਿੰਦੇ ਨੇ ਉਹਦਾ ਹੀ ਮੇਨ ਕੰਮ ਆ ਜਦ ਉਹਦੇ ਵਿੱਚ ਗੱਲ ਵੱੜ ਗਈ ਉਹਨੇ ਥੋੜੀ ਬਾਡੀ ਤੇ ਅਪਲਾਈ ਹੋ ਜਾਣਾ ਉਹਨੇ ਥੋੜੀ ਬਾਡੀ ਤੋਂ ਕੰਮ ਏਦਾਂ ਦੇ ਕਰਾਉਣ ਲੱਜਣਾ ਕੋਈ ਵੀ ਫੀਲਡ ਦੇ ਵਿੱਚ ਜੋ ਤੁਸੀਂ ਇਨਫੋਰਮੇਸ਼ਨ ਉਹਦੇ ਵਿੱਚ ਪਾਤੀ ਹੁਣ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਜਿਹੜਾ ਬਿਜਲੀ ਚੀਜ਼ ਆ ਉਹਨੂੰ ਕਾਬੂ ਕਿਵੇਂ ਕਰਨਾ ਜਿਹਨੇ ਆਪਾਂ ਨੂੰ ਸਕਸੈਸ ਦਿਵਾਉਣੀ ਆ ਹੁਣ ਜਿਹੜਾ ਆਪਣਾ ਨਾਰਮਲ ਬ੍ਰੇਨ ਆ ਜਿਹੜਾ 5% ਕੰਮ ਕਰਦਾ ਕੌਂਸ਼ੀਅਸ ਮਾਈਂਡ ਉਹਦਾ ਇੱਕ ਕੰਮ ਆ ਉਹ ਜਿਹੜਾ 95% ਸਬਕੌਂਸ਼ੀਅਸ ਮਾਈਂਡ ਆ ਉਹਨੂੰ ਹੁਕਮ ਦੇ ਸਕਦਾ ਉਹਨੂੰ ਰਾਹ ਪਾ ਸਕਦਾ ਪਰ ਹੋਰ ਕੁਝ ਨਹੀਂ ਕਰ ਸਕਦਾ ਉਹ ਦਿਨ ਦੇ ਦੋ ਟਾਈਮ ਸਬਕੌਂਸ਼ੀਅਸ ਮਾਈਂਡ ਮੋਸਟ ਪਾਵਰਫੁਲ ਹੁੰਦਾ ਇੱਕ ਜਦੋਂ ਸਵੇਰੇ ਉੱਠਦੇ ਹਾਂ ਜਿਹਨੂੰ ਆਪਣੇ ਗੁਰੂ ਵੀ ਕਹਿੰਦੇ ਅਸੀਂ ਅਮਰਤ ਬਿਲਾ ਨੰਬਰ 2 ਤੇ ਸੌਣ ਤੋਂ ਪਹਿਲਾਂ ਕਿਉਂਕਿ ਉਦੋਂ ਸਬਕੌਂਸ਼ੀਅਸ ਮਾਈਂਡ ਬਹੁਤ ਪੀਕ ਤੇ ਹੁੰਦਾ ਕਿਉਂਕਿ ਉਹਨੇ ਰਾਤ ਨੂੰ ਚੀਜ਼ਾਂ ਆਪਣੀਆਂ ਕਰਨੀਆਂ ਉਦੋਂ ਦਾ ਟਾਈਮ ਆ ਜਾਂਦਾ ਉਦੋਂ ਕੌਂਸ਼ੀਅਸ ਮਾਈਂਡ ਆਪਣਾ ਥੋੜਾ ਠੰਡਾ ਪਿਆ ਹੁੰਦਾ ਹੁਣ ਤੁਸੀਂ ਕੀ ਕਰਨਾ ਉਹ ਦੋ ਟਾਈਮ ਤੁਸੀਂ ਥਾਟ ਲਿਖ ਲੈਣੇ ਨੇ ਕੋਈ ਜੋ ਵੀ ਤੁਸੀਂ ਬਣਨਾ ਚਾਹੁੰਦੇ ਹੋ ਜੋ ਵੀ ਤੁਸੀਂ ਬਣਨਾ ਤੁਸੀਂ ਦੁਖੀ ਬਣਨਾ ਤੁਸੀਂ ਸਟਾਰ ਬਣਨਾ ਪਰ ਇਹ ਥੋੜੇ ਥਾਟ ਇੱਕ ਚੀਜ਼ ਦਾ ਧਿਆਨ ਰੱਖਿਓ ਜਿਹੜੇ ਵੀ ਤੁਸੀਂ ਇਹਨੂੰ ਇਨਫੋਰਮੇਸ਼ਨ ਦੇਣੀ ਆ ਸਬਕੌਂਸ਼ੀਅਸ ਮਾਈਂਡ ਨੂੰ ਉਹ ਪੋਜ਼ਿਟਿਵ ਹੋਣੀ ਚਾਹੀਦੀ ਆ ਉਹਦਾ ਕੋਈ ਗਾਹਾਂ ਜਾ ਕੇ ਐਂਡ ਕੋਈ ਬੈਡ ਨਹੀਂ ਹੋਣਾ ਚਾਹੀਦਾ ਕਿ ਯਾਰ ਮੈਂ ਗਲਤ ਚੀਜ਼ ਲਈ ਕਰ ਰਿਹਾ ਫਿਰ ਉਹਨੇ ਤੁਹਾਨੂੰ ਪੁੱਠਾ ਕਰਕੇ ਬਹੁਤ ਸੱਟਣਾ ਕਿਉਂਕਿ ਉਹਨੇ ਤੁਹਾਨੂੰ ਉੱਥੇ ਲੈ ਜਾਣਾ ਚੰਗੀਆਂ ਚੀਜ਼ਾਂ ਸੋਚਣੀਆਂ ਨੇ ਕਿ ਯਾਰ ਇਹਦੇ ਨਾਲ ਮੇਰਾ ਵੀ ਭਲਾ ਹੋਵੇ ਬਾਕੀ ਸਾਰਿਆਂ ਦਾ ਵੀ ਹੋਵੇ ਫੇਰ ਫੇਰ ਇਹਨੂੰ ਸੰਦੇਸ਼ਾ ਦੇ ਕਿਉਂਕਿ ਜਿਵੇਂ ਮੈਂ ਕਿਹਾ ਅੰਨਾ ਇਹਨੇ ਬੈਡ ਇਨਫੋਰਮੇਸ਼ਨ ਤੇ ਵੀ ਕੰਮ ਕਰਨਾ ਇਹ ਯੂਨੀਵਰਸ ਨਾਲ ਕਨੈਕਟਡ ਹੁੰਦਾ ਇਹਨੂੰ ਮਾੜੇ ਚੰਗੇ ਦਾ ਨਹੀਂ ਪਤਾ ਇਹਨੇ ਜਸਟ ਤੁਹਾਡੇ ਕੌਨਸਸ ਮਾਈਂਡ ਤੇ ਜਿਹੜੀ ਇਨਫੋਰਮੇਸ਼ਨ ਅੰਦਰ ਵੜਦੀ ਹੈ ਤੁਹਾਡੇ ਕੰਨਾਂ ਦੇ ਥਰੂ ਤੁਸੀਂ ਦੇਖਦੇ ਹੋ ਉਹ ਪਿੱਛੇ ਇਹਦੇ ਵਿੱਚ ਆਪੇ ਵੜ ਜਾਂਦੀ ਆ ਤਾਂ ਕਰਕੇ ਇਹਨੂੰ ਗੁੱਡ ਇਨਫੋਰਮੇਸ਼ਨ ਦੇਣੀ ਆ ਇਹਨੂੰ 네ਗੇਟਿਵਿਟੀ ਕਦੇ ਨਹੀਂ ਦਿਹਾਉਣੀ ਇੱਕ ਹੋਰ ਵੀ ਮੈਂ ਐਗਜ਼ਾਮਪਲ ਦੇ ਦਵਾ ਕਈ ਬੰਦੇ ਬੈਠੇ ਬੈਠੇ ਨਿਊਜ਼ਾਂ ਦੇਖੀ ਜਾਂਦੇ ਨੇ ਬੈਡ ਕਮੈਂਟ ਕਰਦੇ ਨੇ ਲੋਕਾਂ ਨੂੰ ਮਾੜਾ ਕਹਿੰਦੇ ਨੇ ਫਿਰ ਕਿਤੇ ਜਾ ਕੇ ਲਾਈਫ ਦੇ ਵਿੱਚ ਰੋਂਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲ ਪਰ ਗੱਲ ਇੱਥੇ ਹੁੰਦੀ ਹੈ ਕਿ ਜਿਹੜੀਆਂ ਪਹਿਲਾਂ ਲੋਕਾਂ ਦੀਆਂ ਚੀਜ਼ਾਂ ਤੇ ਹਸੇ ਹੁੰਦੇ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਅੱਗ ਲਾਈ ਹੁੰਦੀ ਆ ਉਹੀ ਅੱਗ ਫਿਰ ਸਬਕੌਂਸ਼ੀਅਸ ਮਾਈਂਡ ਉਹਨਾਂ ਦੀ ਯੂਨੀਵਰਸ ਤੱਕ ਕਮਨ ਚ ਆਉਂਦਾ ਫਿਰ ਉਹਨਾਂ ਨਾਲ ਜ਼ਿੰਦਗੀ 'ਚ ਉਹੀ ਕੁਝ ਹੁੰਦਾ ਮਤਲਬ ਜਿਹੜੀ ਅੱਜ ਚੀਜ਼ ਕਰੀਓ ਤੁਹਾਡੇ ਨਾਲ ਘੁੰਮ ਕੇ ਆਉਣੀ ਆ ਸੋ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਇਹ ਬਹੁਤ ਪਾਵਰਫੁਲ ਚੀਜ਼ ਐ ਜਿਹੜੀ ਬੈਡ ਇਨਫੋਰਮੇਸ਼ਨ ਨਹੀਂ ਦੇਣੀ ਤੁਸੀਂ ਵਿੱਚ ਜਾਣ ਦੇਣੀ ਸੌਰੀ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਮੈਂ ਬਹੁਤ ਟਾਈਮ ਤੋਂ ਨੇ ਐਕਟੀਵਿਟੀ ਛੱਡੀ ਹੈ ਮੈਂ ਨਿਊਜ਼ਾਂ ਨਹੀਂ ਦੇਖਦਾ ਮੈਂ ਕੋਈ ਵੀ ਕੋਈ ਐਦਾਂ ਦਾ ਕੋਈ ਸੀਰੀਅਲੀ ਦੇਖਦਾ ਫਿਲਮਾਂ ਵਗੈਰਾ ਛੱਡੀ ਹੋਈਆਂ ਨੇ ਆਪਾਂ ਲੜਾਈ ਪੜਾਈ ਵਾਲੀਆਂ ਕੋਈ ਸਟੋਰੀ ਵਾਲੀਆਂ ਫਿਲਮਾਂ ਦੇਖੀ ਜੇ ਨੇ ਜਿਹੜੀਆਂ ਵਧੀਆ ਸਿੱਖਿਆ ਮਿਲੇ ਕਿਉਂਕਿ ਮੈਨੂੰ ਪਤਾ ਸਬਕੌਨਸ਼ੀਅਸ ਮਾਈਂਡ ਦੀ ਚੀਜ਼ਾਂ ਅੰਦਰ ਵੱੜਦੀਆਂ ਨੇ ਤੁਹਾਨੂੰ ਜੇ ਨਹੀਂ ਪਤਾ ਲੱਗਦਾ ਤੁਸੀਂ ਕਹਿੰਦੇ ਹੋ ਕਿ ਯਾਰ ਦੇਖ ਦੀਆਂ ਇੱਥੇ ਹੀ ਗਾਹਣ ਹੁੰਦਾ ਬੰਦਿਆਂ ਦਾ ਹੁਣ ਮੈਂ ਬਿਗ ਬਾਸ ਨਹੀਂ ਦੇਖਦਾ ਜਦੋਂ ਕਦੇ ਮੈਂ ਬਿਗ ਬਾਸ ਕੋਈ ਫੈਮਿਲੀ ਚੋ ਕਿਹਨੇ ਲਾ ਲਿਆ ਜਿਵੇਂ ਮਦ ਮੂਰੇ ਬਹਿ ਜਾ ਲੜਦੇ ਨੇ ਮੈਨੂੰ ਘਬਰਾਹਟ ਇਤੋਂ ਪਤਾ ਲੱਗਦਾ ਕਿ ਜਿਹੜਾ ਮੇਰਾ ਅੰਦਰਲਾ 95% ਬ੍ਰੇਨ ਉਹ ਚੀਜ਼ਾਂ ਲਾਇਕ ਨਹੀਂ ਕਰਦਾ ਉਹਨੇ ਮੈਨੂੰ ਓਦਾਂ ਦਾ ਕਦੇ ਨਹੀਂ ਬਣਾਉਣਾ ਕਈ ਬੰਦੇ ਬੈਠੇ ਬੈਠੇ ਦੇਖੀ ਜਾਂਦੇ ਨੇ ਬਿੱਗ ਬੋਸ ਜਿਹਾ ਇਦਾਂ ਦੀ ਲੜਾਈ ਭੜਾ ਲਈਆਂ ਚੀਜ਼ਾਂ ਹਨਾ ਜਾਂ ਫਿਰ ਨਿਊਜ਼ਾਂ ਮੈਂ ਇਹ ਨਹੀਂ ਕਹਣਾ ਉਬਾੜੇ ਨੇ ਹੁਣ ਉਹ ਸਹੀ ਨੇ ਹੁਣ ਉਹਨਾਂ ਦੀ ਪੋਜ਼ਿਟਿਵ ਹੈਗੀ ਲਾਈਫ ਪਰ ਉਹ ਦੇਖਦੇ ਨੇ ਦੇਖੀ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਚੀਜ਼ਾਂ ਦੇਖ ਕੇ ਥੋੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਨਾ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਕੁੱਤੀ ਚੀਜ਼ ਆ ਇਹ ਇਹ ਬਿਨਾਂ ਗੱਲ ਉਹ ਆਪਣੇ ਅੰਦਰ ਪਾ ਲੈਂਦਾ ਸੁਣ ਕੇ ਤੇ ਥੋੜੇ ਕੌਨਸਸ ਮਾਈਂਡਰ ਨੂੰ ਲੱਗਦਾ ਕਿ ਯਾਰ ਅਸੀਂ ਟੀਵੀ ਦੇਖਦੇ ਆਂ ਪਰ ਜਿਹੜਾ 95% ਖਤਰਨਾਕ ਚੀਜ਼ ਆ ਥੋੜੇ ਅੰਦਰ ਜਿਹੜੀ ਯੂਨੀਵਰਸਲ ਕਨੈਕਟਡ ਆ ਚਾਹੇ ਉਹਨੂੰ ਮੰਨ ਲੈ ਲੋ ਜੇ ਤੁਸੀਂ ਧਰਮ ਨਹੀਂ ਮੰਨਦੇ ਤੁਸੀਂ ਕਹਿੰਦੇ ਹੋ ਯਾਰ ਕਲਜੋਗਾ ਸਾਇੰਸ ਨੂੰ ਮੰਨਦੇ ਹੋ ਤਾਂ ਇਹਨੂੰ ਸਬਕੌਨਸ਼ੀਅਸ ਮਾਈਂਡ ਲਾ ਲਓ ਜੇ ਤੁਸੀਂ ਮੰਨਦੇ ਹੋ ਕਿ ਧਰਮ ਆ ਫਿਰ ਤੁਸੀਂ ਉਹ ਵੀ ਲਾ ਲਓ ਕਿ ਤੁਹਾਡੇ ਮਨ ਦੇ ਅੰਦਰ ਕੋਈ ਬੈਡ ਚੀਜ਼ ਆ ਰਹੀ ਆ ਠੀਕ ਉਹ ਘਰ ਘਰ ਜਾਂਦੀ ਆ ਤੁਸੀਂ ਉਦਾਂ ਦੇ ਬਣ ਜਾਣਾ ਜਿਹਨੂੰ ਕਰਮਾ ਵੀ ਕਹਿੰਦੇ ਨੇ ਕਿ ਅੱਜ ਜਿਹੜੀ ਚੀਜ਼ ਦੇਖ ਲਈ ਕਰ ਲਈ ਸੁਣ ਲਿਆ ਬੋਲ ਲਿਆ ਉਦਾਂ ਦੇ ਤੁਸੀਂ ਬਣ ਜਾਣਾ ਸੋ ਇਹ ਥੋੜੇ ਅੰਦਰ ਇਹਨੇ ਘਰ ਘਰ ਜਾਣਾ ਫਿਰ ਹੌਲੀ ਹੌਲੀ ਉੱਭਰ ਕੇ ਬਾਹਰ ਆ ਜਾਣੀ ਉਹ ਮੈਂ ਇਹ ਨਹੀਂ ਕਹਣਾ ਤੁਸੀਂ ਅੱਜ ਵਧੀਆ ਚੀਜ਼ ਦੇ ਲਈ ਕੱਲੂ ਅਸਰ ਕਰ ਜੂਗੀ ਉਹ ਉਹਨੇ ਹੌਲੀ ਹੌਲੀ ਅਸਰ ਕਰਨਾ ਪਿੱਛੋਂ ਕਿਉਂਕਿ ਪਿੱਛੋਂ ਕਈ ਵਾਰ ਹੋ ਸਕਦਾ ਕਿ ਅੱਜ ਮੈਂ ਦੁਖੀ ਆ ਮੈਂ ਕਹੂੰਗਾ ਯਾਰ ਮੈਂ ਕੱਲ ਨੂੰ ਕੋਈ ਪੁਆਇੰਟ ਵਿੱਚ ਚੀਜ਼ ਦੇਖ ਲੈਣਾ ਮੈਂ ਪਰਸੋਂ ਨੂੰ ਖੁਸ਼ ਹੋ ਜੂੰ ਜਿਹੜੀ ਮੈਂ ਹੁਣ ਬਹੁਤ ਟਾਈਮ ਪਹਿਲਾਂ ਨੇ ਗਲਤ ਚੀਜ਼ਾਂ ਕਰੀਆਂ ਨੇ ਉਹ ਅੱਜ ਮੇਰੀ ਲਾਈਫ ਤੇ ਇਫੈਕਟ ਕਰ ਰਹੀਆਂ ਨੇ ਹੁਣ ਮੈਂ ਅੱਜ ਚੀਜ਼ਾਂ ਨਵੀਆਂ ਪਾਉਣੀਆਂ ਨੇ ਪੁਰਾਣੀਆਂ ਨੂੰ ਤਾਂ ਮੈਂ ਡਿਲੀਟ ਕਰ ਨਹੀਂ ਸਕਦਾ ਮੈਂ ਅੱਜ ਨਵੀਆਂ ਚੀਜ਼ਾਂ ਪਾਉਣੀਆਂ ਨੇ ਜ਼ਿੰਦਗੀ ਆ ਨਾ ਪਿਛਲੇ ਟਾਈਮ ਚਾ ਨਾ ਆਉਣ ਵਾਲੇ ਟਾਈਮ ਚਾ ਜ਼ਿੰਦਗੀ ਹੋਣ ਵਾਲੇ ਟਾਈਮ ਚਾ ਕਿਉਂਕਿ ਪਿਛਲੇ ਨੂੰ ਆਪਾਂ ਕੁਝ ਕਰ ਨਹੀਂ ਸਕਦੇ ਆਉਣੇ ਵਾਲਾ ਆਪਣੇ ਹੱਥ ਚ ਕੋਦ ਹੋਊਗਾ ਜਿਹੜੀਆਂ ਚੀਜ਼ਾਂ ਅੱਜ ਕਰ ਰਹੇ ਆਂ ਕੁਝ ਵੀ ਕਰ ਲੋ ਪਰ ਵਧੀਆ ਥੌਟ ਨਾ ਕਰਨਾ ਪੈਸਾ ਕਮਾਉਣਾ ਭਲਾਈ ਦੇ ਕੰਮਾ ਕਰਕੇ ਕਿਸੇ ਨਾ ਕਿਸ ਨੂੰ ਲੁੱਟ ਖੁੱਟ ਕੇ ਨਹੀਂ ਹੁਣ ਕੀ ਕਰਨਾ 5 10 ਚੀਜ਼ਾਂ ਮੈਂ ਲਿਖੀਆਂ ਹੋਈਆਂ ਨੇ ਕਾਪੀ ਦੇ ਨਾਲੋ ਜਾਂ ਆਪਣੇ ਫੋਨ ਦੇ ਨੋਟਸ ਵਿੱਚ ਪਾ ਲੋ ਤੁਹਾਨੂੰ ਮੈਂ ਕਹਾਂ ਸਵੇਰੇ ਤੇ ਸ਼ਾਮ ਵਾਲਾ ਟਾਈਮ ਵਧੀਆ ਹੁੰਦਾ ਡੇਲੀ ਉਹ ਚੀਜ਼ਾਂ ਵਧੀਆ ਚੀਜ਼ਾਂ ਲੈ ਕੇ ਜੋ ਵੀ ਤੁਸੀਂ ਬਣਨਾ ਚਾਹੁੰਦੇ ਹੋ ਡੇਲੀ ਉਹ ਚੀਜ਼ਾਂ ਲੈ ਕੇ ਉਹ ਪੜਨੀਆਂ ਨੇ ਪੜੀ ਜਰੂ ਡੇਲੀ ਪੜੋ ਮੈਂ ਆਪਣੇ ਬ੍ਰੇਨ ਨੂੰ ਕਹਿ ਰਿਹਾ ਜਿਹੜਾ 5% ਕੰਮ ਕਰਦਾ ਕਿ ਯਾਰ ਆ ਪੜ ਮੈਂ ਲਾਤਾ ਉਹਨੂੰ ਕੰਮ ਤੇ ਲਾਤਾ ਪਰ ਉਹ ਕੌਨਸ਼ੀਅਸ ਮਾਈਂਡ ਆ ਸਬਕੌਨਸ਼ੀਅਸ ਮਾਈਂਡ ਨਹੀਂ ਮੈਂ ਤਾਂ ਕੰਮ ਲੈ ਰਿਹਾ ਜਸਟ ਮੈਂ ਕਹਤਾ ਕਿ ਯਾਰ ਲਿਖ ਲੀਆਂ ਕੌਨਸ਼ੀਅਸ ਮਾਈਂਡ ਨੇ ਕੰਮ ਕਰਤਾ ਮੈਂ ਪੜ ਲੀਆਂ ਪੜਨ ਦਾ ਕੰਮ ਵੀ ਕੌਨਸ਼ੀਅਸ ਮਾਈਂਡ ਨੇ ਕਰਤਾ ਪਰ ਜਿਹੜੀ ਪਿੱਛੇ ਘੁੰਮ ਕੇ ਇੱਕ ਅੰਦਰਲੀ 95% ਸਬਕੌਨਸ਼ੀਅਸ ਮਾਈਂਡ ਆ ਉਹਦੇ ਵਿੱਚ ਹੌਲੀ-ਹੌਲੀ ਚੀਜ਼ਾਂ ਕਰਕੇ ਘੁੰਮ ਕੇ ਘੁੰਮ ਕੇ ਉਹਦੇ ਵਿੱਚ ਵੜ ਜਾਣੀਆਂ ਨੇ ਇਹ ਜਿਹੜੀ ਮੈਂ ਉਦਾਂ ਹੀ ਲਿਖ ਰਿਹਾ ਬਿਨਾਂ ਗਲਤੋਈ ਫਿਰ ਉਹਨੇ ਕੀ ਕਰਨਾ ਉਹ ਚੀਜ਼ਾਂ ਤੁਹਾਡੇ ਅੰਦਰ ਆ ਜਾਣੀਆਂ ਨੇ ਜਦੋਂ ਉਹ ਚੀਜ਼ਾਂ ਤੁਹਾਡੇ ਅੰਦਰ ਆ ਗਈਆਂ ਫਿਰ ਤੁਸੀਂ ਕੋ ਡਾਇਲੌਗ ਸੁਣਿਆ ਹੋਊਗਾ ਕਿ ਜੇ ਤੁਸੀਂ ਕਿ ਜੇ ਤੁਸੀਂ ਚਾਹੁੰਦੇ ਹੋ ਚਾਹੁੰਦੇ ਹੋ ਤਾਂ ਸਾਰੀ ਕਾਇਨਤ ਤੁਹਾਡੇ ਨਾਲ ਲੱਗਦੀ ਆ ਉਹ ਨੂੰ ਤੁਸੀਂ ਲਾਫ ਡਾਇਰੈਕਸ਼ਨ ਬੁੱਕਾਂ ਵੀ ਪੜੀਆਂ ਹੋਣਗੀਆਂ ਉਹ ਸਾਰੀਆਂ ਸਬਕੌਂਸ਼ੀਅਸ ਮਾਈਂਡ ਤੇ ਹੀ ਨੇ ਕਿਉਂਕਿ ਫਿਰ ਤੁਹਾਨੂੰ ਇਹ ਨਹੀਂ ਹੈਗਾ ਕਿ ਤੁਸੀਂ ਬੈਠੇ ਹੋ ਤੁਹਾਡੇ ਕੋ ਸਾਰਾ ਕੁਝ ਇਦਾਂ ਜਾਦੂ ਨਾਲ ਆ ਜਾਊਗਾ ਮਤਲਬ ਜਦੋਂ ਸਬਕੌਂਸ਼ੀਅਸ ਮਾਈਂਡ ਤੇ ਇਨਫੋਰਮੇਸ਼ਨ ਵਿੱਚ ਚਲੀ ਗਈ ਫਿਰ ਉਹ ਥੋੜਾ ਤੋਂ ਆਪ ਹੀ ਕਰਾਊਗਾ ਫਿਰ ਤੁਸੀਂ ਕੰਮ ਇਹ ਉਦਾਂ ਦਾ ਹੀ karenge ਉਹ ਜਿਹੜਾ ਤੁਹਾਨੂੰ ਜਿਉਂਦਾ ਰੱਖਦਾ ਰਾਤ ਨੂੰ ਸੁੱਤੇ ਪਿਆਂ ਦਾ ਬਲੱਡ ਵਰਕ ਕਰਦਾ ਸੁੱਤੇ ਪਿਆਂ ਦੀ ਰਿਕਵਰੀ ਹੁੰਦੀ ਆ ਸੁੱਤੇ ਪੇ ਤੁਸੀਂ ਸਾਹ ਲੈਨੇ ਹੋ ਬਹੁਤ ਚੀਜ਼ਾਂ ਹੁੰਦੀਆਂ ਨੇ ਥੋੜਾ ਬ੍ਰੇਨ ਚੱਲਦਾ ਰਹਿੰਦਾ ਕਨੈਕਟਡ ਰਹਿੰਦਾ ਸਰੀਰ ਨਾਲ ਠੀਕ ਆ ਤੁਹਾਨੂੰ ਸਵੇਰੇ ਠਾਲਦਾ ਉਹ ਸਾਰਾ ਸਬਕੌਂਸ਼ੀਅਸ ਮਾਈਂਡ ਆ ਉਹਨੇ ਥੋੜਾ ਤੋਂ ਇਦਾਂ ਦੀਆਂ ਚੀਜ਼ਾਂ ਕਰਾਉਣੀਆਂ ਨੇ ਚਾਹੇ ਉਹ ਸਰੀਰ ਬਣਾਉਣਾ ਚਾਹੇ ਤੁਹਾਡੇ ਦੁੱਖ ਦੂਰ ਕਰਨੇ ਨੇ ਕਿਉਂਕਿ ਹੁਣ ਕਈ ਬੰਦੇ ਹ ਰੱਬ ਕਰੂਗਾ ਰੱਬ ਨੇ ਤੁਹਾਨੂੰ ਬਣਾਤਾ ਉਹਨੇ ਤੁਹਾਨੂੰ ਬਹੁਤ ਜ਼ਿਆਦਾ ਪਾਵਰਫੁਲ ਬਣਾਇਆ ਤੁਸੀਂ ਉਹਦੀ ਕਿਰਤੋਂ ਇਹ ਸੋਚੋ ਤੁਸੀਂ ਉਹਨੇ ਤੁਹਾਨੂੰ ਬਣਾਤਾ ਕੁਦਰਤ ਨੇ ਤੁਹਾਨੂੰ ਬਣਾਤਾ ਹੁਣ ਉਹਦੀ ਬਣਾਈ ਹੋਈ ਚੀਜ਼ ਤੁਸੀਂ ਕਿੰਡੀ ਜ਼ਿਆਦਾ ਪਾਵਰਫੁਲ ਹੋ ਪਰ ਪਾਵਰਫੁਲ ਕਿਉਂ ਨਹੀਂ ਹੈਗੇ ਹੁਣ ਆਪਾਂ ਕਹੋਗੇ ਆਪਾਨੂੰ ਪਤਾ ਹੀ ਨਹੀਂਗਾ ਕਿ ਸਾਡੇ ਚ ਅਸਲੀ ਪਾਵਰ ਕੀ ਆ ਕਿ ਇਹਦੇ ਚਾਰ ਹੱਥ ਨਹੀਂ ਕਿ ਇਹਦੇ ਚਾਰ ਅੱਖਾਂ ਨਹੀਂ ਠੀਕ ਆ ਸੋ ਤੁਸੀਂ ਆਪਣੀ ਜ਼ਿੰਦਗੀ ਨੂੰ ਆਸਾਨ ਕਰ ਸਕਦੇ ਹੋ ਜਸਟ ਗਿਆਨ ਤੁਹਾਨੂੰ ਪਤਾ ਲੱਗ ਗਿਆ ਕਿ ਯਾਰ ਜਿਹੜਾ ਸਾਡਾ ਅੰਦਰਲਾ ਬ੍ਰੇਨ ਆ ਉਹ ਕਿੱਦਾਂ ਵਰਕ ਕਰਦਾ ਤੇ ਜੇ ਅਸੀਂ ਅੱਜ ਚੇਂਜਸ ਕਰਦਾਂਗੇ ਇਹ ਨਹੀਂ ਕਹਿਣਾ ਯਾਰ ਸਾਡਾ ਤਾਂ ਟਾਈਮ ਲੰਘ ਗਿਆ ਉਸ ਤਾਂ ਬਹੁਤ ਲੇਟ ਹੋ ਗਏ ਜੇ ਆਉਣੇ ਵਾਲਾ ਟਾਈਮ ਚੇਂਜ ਕਰਨਾ ਫਿਰ ਅੱਜ ਅੱਜ ਕਦੇ ਵੀ ਲੇਟ ਨਹੀਂ ਹੁੰਦੀ ਅੱਜ ਅੱਜ ਹੀ ਆ ਹੁਣ ਹੁਣੇ ਲਿਖਣਾ ਕੱਲ ਨੂੰ ਵੀ ਨਹੀਂ ਕਿਉਂਕਿ ਜਿੰਨੀ ਛੇਤੀ ਲਿਖੇਂਗਾ ਉਹ ਚੀਜ਼ਾਂ ਜਿੰਨੀ ਛੇਤੀ ਬ੍ਰੈਂਚ 'ਚ ਬਧੇ ਚੀਜ਼ਾਂ ਪਾਵੇਂਗਾ ਉਹ ਮਾੜੀਆਂ ਚੀਜ਼ਾਂ ਮਿਟੀ ਜਾਣੀਆਂ ਨੇ ਮੂਰਲੀਆਂ ਚੰਗੀਆਂ ਚੀਜ਼ਾਂ ਹੋਣ ਲੱਗ ਜਾਣੀਆਂ ਨੇ ਇਹਨੂੰ ਇਹਨੂੰ ਕਹਿੰਦੇ ਨੇ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਜਿਹੜਾ ਕਿ ਦੁਨੀਆ ਦੀਆਂ ਟੌਪ ਦੀਆਂ ਬੁੱਕਾਂ ਦੇ ਉੱਤੇ ਜ਼ਿਕਰ ਆ ਜਿੰਨੇ ਬੰਦੇ ਕਾਮਜੋ ਹੋਏ ਨੇ ਕਾਮਜਾਦ ਦਾ ਮਤਲਬ ਇਹ ਨਹੀਂ ਕਿ ਹਾਜੀ ਪੈਸਾ ਬਣਾਉਣਾ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਪਲੇਅਰ ਨੇ ਕੋਈ ਕਾਮਜੋ ਹੋਏ ਨੇ ਮਨੀਆਂ ਲੋਕਾਂ ਕੋ ਬੈਨਫਿਟ ਵਧੀਆ ਕਰੇ ਉਹਨਾਂ ਨੇ ਜਾਂ ਚੰਗੇ ਕੰਮ ਕਰੇ ਨੇ ਚੰਗੀਆਂ ਚੀਜ਼ਾਂ ਡਿਵੈਲਪ ਕਰੀਆਂ ਨੇ ਸਾਰਿਆਂ ਨੇ ਸਬਕ ਕੌਂਸ਼ੀਅਸ ਮਾਈਂਡ ਤੋਂ ਲਿਆ ਕਿਉਂਕਿ 95% ਜਿਹੜਾ ਦਿਮਾਗ ਆ ਉਹ ਉਹੀ ਉਹ ਚੀਜ਼ ਕਰ ਸਕਦਾ 5% ਵਾਲਾ ਨਹੀਂ ਕਰ ਸਕਦਾ ਆਪਾਂ ਸਾਰੇ 5% ਵਾਲਾ ਯੂਜ਼ ਕਰਦੇ ਆਂ ਆਪ ਨੂੰ ਲੱਗਦਾ ਕਿ ਜਿਹੜਾ ਆਪਣਾ ਇਹ ਦਿਮਾਗ ਹੈ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਇਹ ਬਹੁਤ ਚਲਾਕ ਆ ਜੀ ਇਹ ਹੀ ਸਾਰਾ ਕੁਝ ਕਰੂ ਇਹ 5% ਆ ਜਿਹੜਾ ਪਿੱਛੇ ਆਪਾਂ ਨੂੰ ਪਤਾ ਹੀ ਨਹੀਂ ਅੰਦਰ ਖਤਮ ਆਖਾ ਆਈਟਮ 95% ਸਬਕੌਂਸ਼ੀਅਸ ਮਾਈਂਡ ਜਿਹੜਾ ਕੰਮ ਕਰ ਰਿਹਾ ਆਪਣੇ ਪਿੱਛੇ ਜਿਹੜਾ ਵੀ ਬਹੁਤ ਤਕੜੀਆਂ ਯੂਨੀਵਰਸ ਦੀਆਂ ਪਾਵਰਾਂ ਨਾਲ ਕਨੈਕਟਡ ਆ ਜਿਹਦੇ ਵਿੱਚ ਥੌਟ ਪਿੱਛੇ ਹੀ ਆਉਂਦੇ ਨੇ ਜਿਹਨੇ ਕਹਿਤਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਆਪ ਇਹ ਕੰਮ ਕਰਨਾ ਤੁਹਾਨੂੰ ਅੱਜ ਵਧੀਆ ਥੌਟ ਆਏ ਤੁਹਾਨੂੰ 10 ਸਾਲ ਤੱਕ ਪਤਾ ਹੀ ਨਹੀਂ ਲੱਗਣਾ ਯਾਰ ਮੈਂ ਇੰਨਾ ਖੁਸ਼ ਕਿਉਂ ਆ ਕਈ ਵਾਰ ਤੁਸੀਂ ਸੋਚਦੇ ਨੇ ਯਾਰ ਇੰਨਾ ਉਹ ਥੋੜੀ ਜਿਹੀ ਪ੍ਰਾਣੀ ਖੁਸ਼ੀ ਆ ਜਾਂਦੀ ਆ ਵਧੀਆ ਕੰਮ ਕਰ ਰਹੇ ਕਈ ਵਾਰ ਸੋਚੇ ਦੁਖੀ ਕਿਉਂ ਆ ਪ੍ਰਾਣੀਆਂ ਚੀਜ਼ਾਂ ਬਾੜੀਆਂ ਠੀਕ ਆ ਪੌਟਮ ਚੀਜ਼ਾਂ ਦੇਖਣੀਆਂ ਨੇ ਤੁਹਾਨੂੰ ਪਤਾ ਕੀ ਅੰਨਾ ਜਿਹੜਾ 95% ਉਹ ਪਿਛਲਾ ਦਿਮਾਗ ਉਹ ਅੰਨਾ ਆ ਜਿਹੜਾ ਕੌਂਸ਼ੀਅਸ ਮਾਈਂਡ ਆ ਇਹਨੂੰ ਪਤਾ ਕੀ ਯਾਰ ਮੈਂ ਨਿਊਜ਼ ਦੇਖ ਰਿਹਾ ਇਹ ਬੈਡ ਆ ਇਹ ਬੈਡ ਨਿਊਜ਼ ਆ ਉਹਨੂੰ ਨਹੀਂ ਪਤਾ ਸ਼ਬ ਕੌਂਸ਼ੀਅਸ ਮਾਈਂਡ ਨੂੰ ਪਤਾ ਹੀ ਨਹੀਂ ਕਿ ਉਹ ਬੈਡ ਨਿਊਜ਼ ਆ ਉਹਨੇ ਤਾਂ ਸਮਝ ਲੈਣਾ ਕਿ ਯਾਰ ਮੈਂ ਇਦਾਂ ਦਾ ਹੀ ਆ ਆ ਚੀਜ਼ ਉਹਦੇ ਵਿੱਚ ਵੜ ਜਾਣੀ ਆ ਠੀਕ ਆ ਮੁੜ ਕੇ ਤੁਹਾਨੂੰ ਨੇ ਘੁੰਮ ਘਮਾ ਕੇ 10 15 ਸਾਲ ਨੂੰ ਉਹ ਚੀਜ਼ ਥੋੜੀ ਕੀ ਯਾਰ ਮੇਰੀ ਲਾਈਫ ਚ ਇੰਨਾ ਕਿਉਂ ਆ ਮੈਂ ਕਿਉਂ ਗਰੀਬ ਆ ਕਿਉਂਕਿ ਆਪਾਂ ਕੰਮੇ ਗਰੀਬਾਂ ਵਾਲੇ ਕਰੇ ਨੇ ਵੀ ਮੈਂ ਕਿਉਂ ਦੁਖੀ ਆ ਆਪਾਂ ਕੰਮੇ ਦੁਖੀ ਵਾਲੇ ਕਰੇ ਨੇ ਜਿਹੜੇ ਬੰਦੇ ਅੱਜ ਸੋਚਦੇ ਨੇ ਸਾਡਾ ਸਰੀਰ ਵਧੀਆ ਅਸੀਂ ਜਿੰਮ ਵਧੀਆ ਖਾਂਦੇ ਆ ਡਾਈਟਿੰਗ ਕਰਦੇ ਆ ਉਹ ਸਿਰਫ ਆਪਣੇ ਉਹ ਮਾਈਂਡ ਕਰਕੇ ਨੇ ਜਿਹੜੀ ਉਹਨਾਂ ਦੇ ਅੰਦਰ ਚੀਜ਼ ਬਸੀ ਹੋਈ ਆ ਉਹਨਾਂ ਨੂੰ ਕੋਈ ਕੱਢ ਨਹੀਂ ਸਕਦਾ ਤਾਂ ਹੀ ਉਹਨਾਂ ਦੇ ਅੱਜ ਸਰੀਰ ਇਹਨੇ ਵਧੀਆ ਨੇ ਜੇ ਆਪਣਾ ਸਰੀਰ ਮਾੜਾ ਤਾਂ ਸਮਝ ਲਓ ਕਿ ਆਪਾਂ ਕੌਨਸ਼ੀਅਸ ਮਾਈਂਡ ਦੇ ਥਰੂ ਸਬਕੌਨਸ਼ੀਅਸ ਨੂੰ ਇਹੀ ਕਹੀ ਜਾ ਰਹੇ ਹਸਤਾ ਮਾੜਿਆ ਯਾਰ ਸਾਡੇ ਤੋਂ ਨਹੀਂ ਜਿੰਮ ਲੱਗਣੀ ਸਾਡੇ ਕਿਉਂਕਿ ਉਹਨੂੰ ਤਾਂ ਕੁਝ ਨਹੀਂ ਪਤਾ ਉਹਨੂੰ ਚੰਗੀ ਮਾੜੀ ਚੀਜ਼ ਦਾ ਨਹੀਂ ਪਤਾ ਜੇ ਉਹਨੂੰ ਚੰਗੀ ਮਾੜੀ ਚੀਜ਼ ਦਾ ਪਤਾ ਹੁੰਦਾ ਜਦ ਸਾਰੇ ਚੰਗੇ ਨਾ ਹੁੰਦੇ ਉਹਨੂੰ ਪਤਾ ਹੀ ਨਹੀਂ ਯੂਨੀਵਰਸ ਨੂੰ ਨਹੀਂ ਪਤਾ ਤੁਸੀਂ ਚੰਗੀ ਚੀਜ਼ ਮੰਗਦੇ ਹੋ ਜਾਂ ਤੁਸੀਂ ਬੈਡ ਚੀਜ਼ ਮੰਗਦੇ ਹੋ ਉਹਨੇ ਕਹਣਾ ਠੀਕ ਆ ਭਾਈ ਤੂੰ ਮੈਨੂੰ ਆਹ ਸੰਦੇਸ਼ ਦੇ ਤਾਂ ਮੈਂ ਗਾਹ ਕਰ ਦਿੰਨਾ ਠੀਕ ਆ ਉਹਨੇ ਇਹ ਜੇ ਕੰਮ ਕਰਨ ਨੇ ਉਹਨੂੰ ਕਰਮਾਂ ਕਹਿੰਦੇ ਨੇ ਕਿ ਜਿੱਦਾਂ ਦਾ ਫਿਰ ਸਬਕੌਂਸ਼ੀਅਸ ਮਾਈਂਡ ਆ ਕੰਮ ਵੀ ਉਦਾਂ ਹੀ ਕਰਦੇ ਆ ਜਿਹੇ ਜਿਹੇ ਕੰਮ ਉਹ ਜਾ ਨਾਮ ਫਿਰ ਉਹ ਜੀ ਛਾਪ ਪੈ ਜਾਂਦੀ ਆ ਸੋ ਆਹ ਚੀਜ਼ ਹੋ ਜਾਂਦੀ ਆ ਠੀਕ ਆ ਇਹ ਇਹ ਚੀਜ਼ ਦਾ ਧਿਆਨ ਰੱਖਣਾ ਲਾਈ ਬਹੁਤ ਸਾਰੀਆਂ ਬੁੱਕਾਂ ਇਹਦਾਂ ਦੀਆਂ ਪੜ੍ਹ ਕੇ ਨਾ ਬਹੁਤ ਪਾਵਰਫੁਲ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਣ ਜਾ ਰਿਹਾ ਇਹਨੂੰ ਬ੍ਰੇਨ ਚ ਕਰ ਲਓ ਇਹ ਵੀਡੀਓ ਨੂੰ ਚਾਹੇ ਬਾਰ ਬਾਰ ਦੇਖ ਲਓ ਸਬਕੌਂਸ਼ੀਅਸ ਮਾਈਂਡ ਮੈਡੀਟੇਸ਼ਨ ਦਾ ਵੀ ਵਧੀਆ ਥੋੜਾ ਅਸਰ ਕਰੂਗਾ ਕਿਉਂਕਿ ਸਬਕੌਂਸ਼ੀਅਸ ਮਾਈਂਡ ਜਿਹੜਾ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਤੁਹਾਡਾ ਕੌਂਸ਼ੀਅਸ ਮਾਈਂਡ ਠੰਡਾ ਹੋ ਜਾਂਦਾ ਜਦੋਂ ਉਹ ਘੱਟ ਸੋਚਦਾ ਫਿਰ ਸਬਕੌਂਸ਼ੀਅਸ ਮਾਈਂਡ ਜ਼ਿਆਦਾ ਸੋਚਦਾ ਕਈ ਬੰਦਿਆਂ ਦਾ ਕੌਂਸ਼ੀਅਸ ਮਾਈਂਡ ਲੰਬੜਤਰੀ ਲਈ ਜਾਂਦਾ ਬੜੀ ਚੱਲੀ ਜਾਂਦਾ ਬੜੀ ਆਪਦਾ ਹੀ ਦਿਮਾਗ ਲਾਈ ਜਾਂਦਾ ਮੈਂ ਆਇਆ ਪੇਰ ਜਿਹੜਾ 95% ਵਾਲਾ ਹੁੰਦਾ ਉਹ ਠੰਡੀ ਪੇਰੋ ਕਿਉਂਕਿ ਨਾ ਯਾਰ ਇਹੀ ਬੜੀ ਲੰਬੜਦਰੀ ਲੈ ਰਿਆ ਤਾਂ ਹੀ ਕਹਿੰਦੇ ਆ ਜਿਹੜਾ ਮਾਈਂਡ ਆ ਉਹਨੂੰ ਪੀਸ ਕਰੋ ਉਹਨੂੰ ਸ਼ਾਂਤ ਕਰੋ ਕੌਂਸ਼ੀਅਸ ਮਾਈਂਡ ਨੂੰ ਸ਼ਾਂਤ ਕਰੋ ਦੂਜੇ ਨੂੰ ਕੰਮ ਕਰਨ ਦਿਓ ਉਹ ਸ਼ਾਂਤ ਕਿਵੇਂ ਹੋਊਗਾ ਚੰਗੇ ਥੌਟ ਨਾਲ ਕਾਲਪਨ ਨਹੀਂ ਕਰਨੀ ਵਧੀਆ ਖਾਣਾ ਖਾੜਾਂਗਾ ਵਧੀਆ ਕਿਉਂਕਿ ਮਾੜਾ ਖਾẽਗਾ ਢਿੱਡ ਦੀ ਹੈਲਥ ਖਰਾਬ ਹੋਊਗੀ ਬ੍ਰੇਨ ਦੀ ਖਰਾਬ ਹੋਊਗੀ ਇਹ ਜਿਹੇ ਥੌਟ ਨਾਲ ਨੇ ਜਿਹੇ ਜਿਹਾ ਖਾਣਾ ਉਹ ਜਿਹੀ ਹੋਊਗਾ ਠੀਕ ਹੈ ਸੋ ਵਧੀਆ ਖਾਓ ਮੈਡੀਟੇਸ਼ਨ ਕਰੋ ਐਕਸਾਈ ਕਰੋ ਗੁੱਡ ਥੌਟ ਲੈ ਕੇ ਆਓ ਸਾਰੇ ਚੀਜ਼ਾਂ ਦਾ ਮਿਲ ਕੇ ਤੁਹਾਡਾ ਸਬਕੌਂਸਲਡ ਮਾਈਂਡ ਬਹੁਤ ਪਾਵਰਫੁਲ ਬਣਾਉਣਾ ਇਹ ਸਾਰਾ ਜੱਕੇ ਹੁੰਦਾ ਇੱਥੇ ਇਹ ਨਹੀਂ ਹੈਗਾ ਜੀ ਕੋਈ ਵੱੱਦ ਲੈ ਕੇ ਆਇਆ ਕੋਈ ਘੱਟ ਲੈ ਕੇ ਆਇਆ ਹੋਇਆ ਠੀਕ ਆ ਬਸ ਜਿਹੜਾ ਨਹੀਂ ਵਰਤਦਾ ਨਹੀਂ ਵਰਤਦਾ ਜਿਹਨੂੰ ਪਤਾ ਨਹੀਂ ਪਤਾ ਹੀ ਨਹੀਂ ਪਰ ਇਨਫੋਰਮੇਸ਼ਨ ਆ ਰਹੀ ਆ ਹਾਲੀਵੁੱਡ ਹੀ ਸਾਰਿਆਂ ਨੇ ਡਿਵੈਲਪ ਹੋ ਜਾਣਾ ਠੀਕ ਆ ਸੋ ਹਜੇ ਕਹਿੰਦੇ ਨਹੀਂ ਉਹਦੇ ਵਰਤਦੇ ਨਹੀਂ ਵਰਤਦੇ ਨਹੀਂ ਬ੍ਰੇਨ ਸੱਚੀਓਂ ਨਹੀਂ ਵਰਤਿਆ ਬੰਦੇ ਨੇ ਇਹ ਇਹ ਮੁੱਕੇ ਵਾਲੀ ਚੀਜ਼ ਹੀ ਨਹੀਂ ਕਿਉਂਕਿ ਇਹ ਬ੍ਰੇਨ ਤੋਂ ਬਾਹਰ ਚੀਜ਼ ਆ ਇਹ ਜਦੋਂ ਜਿਹੜਾ ਮੈਂ ਤੁਹਾਨੂੰ 99% ਕਿਹਾ ਇਹ ਗਾਹਾਂ ਯੂਨੀਵਰਸ ਨਾਲ ਕਨੈਕਟਡ ਆ ਤੇ ਯੂਨੀਵਰਸ ਬਹੁਤ ਬੜੀਆ ਬ੍ਰੇਨ ਦੀ ਕੋਈ ਲਿਮਟ ਨਹੀਂ ਹਨਾ ਕਿਉਂਕਿ ਜਿਹੜੀਆਂ ਮੰਦੇ ਨੇ ਚੀਜ਼ਾਂ ਸੋਚ ਲੀਆਂ ਸਬਕੌਂਸ਼ੀਅਲ ਮਾਈਂਡ ਚ ਆ ਕੇ ਉਹ ਬਣ ਜਾਂਦੀਆਂ ਬੱਲਬ ਸੋਚਿਆ ਬੱਲਬ ਆ ਗਿਆ ਉਹਨਾਂ ਨੂੰ ਕੌਣ ਕਹਣਾ ਸੀ ਵੀ ਇਦਾਂ ਵਾਇਰਲੈਸ ਤੇ ਐਡੀ ਦੂਰ ਫੋਨ ਤੇ ਵੀਡੀਓ ਕਾਲ ਹੋ ਜੂਗੀ ਉਹ ਮਾਈਂਡ ਚ ਗੱਲਾਂ ਆਈਆਂ ਹੋਈਆਂ ਨੇ ਤਾਂ ਮੈਂ ਕਿਹਾ ਵੀ ਇਹਦੀ ਕੋਈ ਲਿਮਟ ਨਹੀਂ ਇਹ ਯੂਨੀਵਰਸ ਨਾਲ ਕਨੈਕਟਡ ਆ ਜਿਹੜਾ 5% ਆ ਇਹ ਆਪਣੇ ਨਾਲ ਕਨੈਕਟਡ ਆ ਇਹ ਆਪਣੇ ਡੇਲੀ ਲਾਈਫ ਸਟਾਈਲ ਵੀ ਆ ਅਸੀਂ ਆਹ ਚਲਾ ਲਿਆ ਚਲਾ ਲਿਆ ਇਹ ਉਹਦੇ ਨਾਲ ਆ ਹੁਣ ਜਦੋਂ ਤੁਸੀਂ ਕਾਰ ਚਲਾਉਨੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰ ਹੁਣ ਮੈਂ ਇਦ ਉਹ ਥੋੜਾ ਸਬਕੌਂਸ਼ੀਅਸ ਮਾਈਂਡ ਗੱਡੀ ਚਲਾ ਰਿਆ ਹੁੰਦਾ ਜੇ ਉਹ 1 ਮਿੰਟ ਵੀ ਪਰੇ ਹੋ ਜਾਵੇ ਥੋੜਾ ਜਦੀ ਐਕਸੀਡੈਂਟ ਹੋ ਜਾਵੇ ਦੇਖੋ ਤੁਹਾਨੂੰ ਕਿੰਨਾ ਵਿਚਾਰਿਆ ਉਹ ਕਿੰਨੀਆਂ ਜਿਆਦਾ ਗੱਡੀਆਂ ਲੰਘਦੇ ਨੇ ਇੰਡੀਆ ਦੇਖਿਆ ਤੁਸੀਂ ਬੰਦੇ ਆਏ ਆਉਂਦੇ ਨੇ ਸਾਰੀਆਂ ਸਬਕੌਂਸ਼ੀਅਸ ਮਾਈਂਡ ਦੇਖ ਲੈਂਦਾ ਰੱਬੇ ਲਈ ਫਿਰਦਾ ਆਪਾਂ ਨੂੰ ਰੱਬ ਦੀ ਬਣਾਈ ਹੋਈ ਚੀਜ਼ ਆ ਠੀਕ ਆ ਸੋ ਉਹਨੂੰ ਉਹਨੂੰ ਵਰਤੋ ਸਿਰ ਅਗਰੂ ਆ ਉਹ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਪਾਂਚ ਚ ਇਸ ਜਹਰੀ ਮਡੇਰ ਵਾਈ ਗੂ ਮੇਰ ਕਰੇ ਲਵ ਜੂ ਆ